ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਸਿਸਟਮ ਨੇ ਸਿਸਟਮ ਜਿਹੜਾ ਉਹਦੇ ਪਿੱਛੇ ਸੀ ਜਿਨ੍ਹਾਂ ਨੇ ਉਹਨਾਂ ਨੂੰ ਕੀ ਕੀਤਾ ਗਿਆ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਸ ਗੱਲ ਦੇ ਉੱਤੇ ਕੋਈ ਹਿੰਦੂ ਵੀਰ ਕੋਈ ਵੀ ਬੰਦਾ ਮੇਰੇ ਨਾਲ ਡਿਬੇਟ ਕਰ ਸਕਦਾ ਜੀ ਸੰਤਾਂ ਦੀ ਗੱਲ ਕਰਾਂਗੇ ਫਿਰ ਅਮਤਵਾਸ ਕਿਤੇ ਹੋਣੇ ਆਪਾਂ ਗਲਤ ਜੋੜਿਆ ਤਾਂ ਸੰਤਾਂ ਨਹੀਂ ਜਾ ਰਿਹਾ ਨਾ ਵੀ ਦੇਖੋ ਜੀ ਸੰਤ ਜਰਨੈਲ ਕਈ ਗੱਲਾਂ ਪਿਛਲੀ ਇੰਟਰਵਿਊ ਵਿੱਚ ਤੁਸੀਂ ਵੀ ਇਹ ਗੱਲ ਕਹਤੀ ਸੀ ਕਿ ਵੀ ਪਤਾ ਨਹੀਂ ਕਿ ਉਧਰ ਧੱਕਿਆ ਜਾ ਰਿਹਾ ਪਿੱਛੋਂ ਮਤਲਬ ਕਿ ਕਈ ਗੱਲਾਂ ਆ ਜਾਂਦੀਆਂ ਮੈਂ ਉਹਦਾ ਜਵਾਬ ਦਿੰਨਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਸੀ ਜਿਹੜੇ ਜਦੋਂ ਉਹ ਅਸਲ ਕਹਾਣੀ ਕਿੱਥੋਂ ਵਿਗੜ ਗਈ ਸੀ ਸੰਤ ਕਰਤਾਰ ਸਿੰਘ ਤੋਂ ਵਿਗੜ ਗਈ ਸੀ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਵੀ ਜਿੰਨੇ ਤੇਰੇ ਸਰੀਰ ਤੇ ਰੋਮ ਐ ਜੇ ਤੂੰ ਇੰਨੀ ਵਾਰ ਮਾਫੀ ਵੀ ਮੰਗੇ ਤੈਨੂੰ ਮਾਫੀ ਨਹੀਂ ਮਿਲਦੀ ਜਦੋਂ ਉੱਥੇ ਗੱਲ ਕਹਿ ਦਿੱਤੀ ਗਈ ਸੀ ਤਾਂ ਇਹ ਰੜਕਣ ਲੱਗ ਪਈ ਸੀ ਕਮਰ ਰੜਕਦਾ ਪਹਿਲਾਂ ਹੀ ਰਹੀ ਆ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਕਮਾਂਡ ਸੰਭਾਲ ਲਈ ਤਾਂ ਜਦੋਂ ਉਹਨਾਂ ਨੇ ਜਦੋਂ ਚੱਲ ਪਏ ਉਦੋਂ ਨਰੰਗਕਾਰੀ ਕਾਰਡ ਵਾਪਰਦਾ ਅਜੇ ਸਾਡੇ ਕਈ ਹਿੰਦੂ ਵੀਰਾ ਸੀ ਬਿਜ਼ਨਸਮੈਨ ਆ ਤੇ ਸਾਡੇ ਬਹੁਤ ਲੋਕਾਂ ਨੂੰ ਜਦੋਂ ਅਸੀਂ ਦੱਸਦੇ ਹਾਂ ਉਹ ਕਹਿੰਦੇ ਐਦਾਂ ਹੋਇਆ ਸੀ ਸਾਨੂੰ ਤਾਂ ਪਤਾ ਹੀ ਨਹੀਂ ਅੱਜ ਉਹ ਗੱਲ ਕੈਮਰੇ ਤੇ ਜਦੋਂ 1978 ਦੇ ਵਿੱਚ ਨਰੰਗਕਾਰੀ ਕਾਰਡ ਵਾਪਰਦਾ ਜੀ ਤੇ ਉਹਦੇ ਵਿੱਚ 13 ਸਿੰਘ ਸ਼ੀਤ ਹੁੰਦੇ ਆ ਬਿਲਕੁਲ ਤਾਂ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਉਹ ਸ਼ੁਰੂਆਤ ਕਿੰਨੇ ਕੀਤੀ ਸੀ ਮੈਨੂੰ ਇੱਕ ਗੱਲ ਦਾ ਜਵਾਬ ਆ ਅਮਰਤਪਾਲ ਸਿੰਘ ਦੀਆਂ ਗੱਲਾਂ ਸੁਣ ਕੇ ਅਮਰਤਪਾਲ ਸਿੰਘ ਖਾਲਸਾ ਦੀਆਂ ਗੱਲਾਂ ਸੁਣ ਕੇ ਸਾਨੂੰ ਇਹ ਅਹਿਸਾਸ ਹੁੰਦਾ ਇਸ ਗੱਲ ਦਾ ਉਹ ਕਹਿੰਦਾ ਗੱਲ ਸਹੀ ਆ ਵੀ ਜੇ ਤੁਹਾਡੇ ਕੋਈ ਥੱਪੜ ਮਾਰੇ ਤਾਂ ਤੁਹਾਨੂੰ ਉਹ ਬੰਦਾ ਇਹ ਸੋਚ ਲੱਗ ਪੰਦਾ ਗੁਲਾਮ ਕਿ ਵੀ ਸ਼ਾਇਦ ਕਸੂਰ ਮੇਰਾ ਹੀ ਹੋਊਗਾ ਤਾਂ ਜਦੋਂ 1978 ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਦਿੱਲੀੋਂ ਹੋਈ ਸਾਡੀ ਜਿਹੜੀ ਬਰਬਾਦੀ ਦੇ ਕੰਡਿਆ ਉਹ ਤਾਂ ਦਿੱਲੀ ਨੇ ਬੀਜੇ ਬਿਲਕੁਲ ਦਿੱਲੀੋਂ ਉਹਨਾਂ ਨੇ ਕੀ ਕੀਤਾ ਜਿਹੜਾ ਨਕਲੀ ਨਰੰਕਾ ਦੀ ਗੁਰਵਚਨ ਅਸ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੀ ਦੱਸਦਾ ਸੀ ਤੁਹਾਡੇ ਸਾਹਮਣੇ ਉਹ ਤਾਂ ਸ਼ਬਦ ਬੋਲ ਨਹੀਂ ਸਕਦਾ ਉਹ ਕਹਿੰਦਾ ਸੀ ਉਹਨਾਂ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ ਵੀ ਸਿੱਖ ਭਟਕਵਾਂਗੇ ਕਿੱਥੋਂ ਅਸਲ ਕਹਾਣੀ ਕਿੱਥੋਂ ਵਿਗੜ ਗਈ ਸੀ ਸੰਤ ਕਰਤਾਰ ਸਿੰਘ ਤੋਂ ਵਿਗੜ ਗਈ ਸੀ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਵੀ ਜਿੰਨੇ ਤੇਰੇ ਸਰੀਰ ਤੇ ਰੋਮ ਐ ਜੇ ਤੂੰ ਇੰਨੀ ਵਾਰ ਮਾਫੀ ਵੀ ਮੰਗੇ ਤੈਨੂੰ ਮਾਫੀ ਨਹੀਂ ਮਿਲਦੀ ਜਦੋਂ ਉੱਥੇ ਗੱਲ ਕਹਿ ਦਿੱਤੀ ਗਈ ਸੀ ਤਾਂ ਇਹ ਰੜਕਣ ਲੱਗ ਪਈ ਸੀ ਕੌਮ ਰੜਕਦਾ ਪਹਿਲਾਂ ਹੀ ਰਹੀ ਆ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਮਾਂਡ ਸੰਭਾਲ ਲਈ ਤਾਂ ਜਦੋਂ ਉਹਨਾਂ ਨੇ ਜਦੋਂ ਚੱਲ ਪਏ ਉਦੋਂ ਨਿਰੰਕਰੀ ਕਨੜ ਵਾਪਰਦਾ ਅਜੇ ਸਾਡੇ ਕਈ ਹਿੰਦੂ ਵੀਰ ਅਸੀਂ ਬਿਜ਼ਨਸਮੈਨ ਆ ਤੇ ਸਾਡੇ ਬਹੁਤ ਲੋਕਾਂ ਨੇ ਜਦੋਂ ਅਸੀਂ ਦੱਸਦੇ ਹਾਂ ਉਹ ਕਹਿੰਦੇ ਐਦਾਂ ਹੋਇਆ ਸੀ ਸਾਨੂੰ ਤਾਂ ਪਤਾ ਹੀ ਨਹੀਂ ਅੱਜ ਉਹ ਗੱਲ ਕੈਮਰੇ ਦੇ ਜਦੋਂ 1978 ਦੇ ਵਿੱਚ ਨਰੰਗਕਾਰੀ ਕਾਰਡ ਵਾਪਰਦਾ ਜੀ ਤੇ ਉਹਦੇ ਵਿੱਚ 13 ਸਿੰਘ ਸ਼ਹੀਦ ਹੁੰਦੇ ਆ ਬਿਲਕੁਲ ਤਾਂ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਉਹ ਸ਼ੁਰੂਆਤ ਕਿੰਨੇ ਕੀਤੀ ਸੀ ਮੈਨੂੰ ਇੱਕ ਗੱਲ ਦਾ ਜਵਾਬ ਆ ਅਮਰਤਪਾਲ ਸਿੰਘ ਦੀਆਂ ਗੱਲਾਂ ਸੁਣ ਕੇ ਅਮਰਤਪਾਲ ਸਿੰਘ ਖਾਲਸਾ ਦੀਆਂ ਗੱਲਾਂ ਸੁਣ ਕੇ ਸਾਨੂੰ ਇਹ ਅਹਿਸਾਸ ਹੁੰਦਾ ਇਸ ਗੱਲ ਦਾ ਉਹ ਕਹਿੰਦਾ ਗੱਲ ਸਹੀ ਆ ਵੀ ਜੇ ਤੁਹਾਡੇ ਕੋਈ ਥੱਪੜ ਮਾਰੇ ਤਾਂ ਤੁਹਾਨੂੰ ਉਹ ਬੰਦਾ ਇਹ ਸੋਚਣ ਲੱਗ ਪੈਂਦਾ ਗੁਲਾਮ ਕਿ ਵੀ ਸ਼ਾਇਦ ਕਸੂਰ ਮੇਰਾ ਹੀ ਹੋਊਗਾ ਤਾਂ ਜਦੋਂ 1978 ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਦਿੱਲੀੋਂ ਹੋਈ ਸਾਡੀ ਜਿਹੜੀ ਬਰਬਾਦੀ ਦੇ ਕਾਰ ਕੰਡਿਆ ਉਹ ਤਾਂ ਦਿੱਲੀ ਨੇ ਬੀਜੇ ਬਿਲਕੁਲ ਦਿੱਲੀੋਂ ਉਹਨਾਂ ਨੇ ਕੀ ਕੀਤਾ ਜਿਹੜਾ ਨਕਲੀ ਨਿਰੰਕਾਰ ਦੀ ਗੁਰਬਚਨ ਅਸ ਉਹ ਗੁਰੂ ਗ੍ਰੰਥ ਸਾਹਿਬ ਨੂੰ ਕੀ ਦੱਸਦਾ ਉਹ ਵੀ ਤੁਹਾਡੇ ਸਾਹਮਣੇ ਉਹ ਤਾਂ ਸ਼ਬਦ ਬੋਲ ਨਹੀਂ ਸਕਦਾ ਉਹ ਕਹਿੰਦਾ ਸੀ ਉਹਨਾਂ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ ਵੀ ਸਿੱਖ ਭਟਕਵਾਂਗੇ ਕਿੱਥੋਂ ਹੂੰ